ਅਸਲਾਮ ਅਲੈਕਮ ਨਾਜ਼ਰੀਨ ਮੈਂ ਹਾਂ ਤੁਹਾਡਾ ਮੇਜ਼ਬਾਨ ਸ਼ੈਰੀ ਮਲੇਕ ਤੇ ਅੱਜ ਅਸਾਂ ਤੁਹਾਨੂੰ ਲਿਖਵਾਉਣੇ ਪਏ ਆ ਸ਼ੇਰ ਪੰਜਾਬ ਤਿੱਤਰ ਇਹ ਪਾਕਿਸਤਾਨ ਭਾਰਤ ਮਕਬੂਲੀਅਤ ਰੱਖਿੰਦਾ ਹੈ ਇਸ ਦਾ ਮਾਲਕ ਵੀ ਸਾਰੇ ਨਾਲ ਮੌਜੂਦ ਹੈ ਉਸਤਾਦ ਅਨਵਰ ਸਾਹਿਬ ਉਸਤਾਦਾਂ ਨਾਲ ਗੱਲ ਕਰਨ ਤੋਂ ਪਹਿਲੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰੇ ਸੋ ਲਾਈਕ ਕਰੇ ਸੋ ਤੇ ਸ਼ੇਰ ਵੀ ਜ਼ਰੂਰ ਕਰੇ ਸੋ ਆਓ ਨਾਜ਼ਰੀਨ ਉਸਤਾਦ ਅਨਵਰ ਨਾਲ ਪਹਿਲੇ ਗੱਲ ਕਰਨੇ ਆ ਉਸਤਾਦ ਜੀ ਮੈਂ ਦਿੱਠਾ ਹੈ ਕਿ ਮੀਆਂ ਵਾਲੀ ਦੇ ਲੋਕ ਤਾਂ ਜ਼ਿਆਦਾਤਰ ਅਸੀਲ ਕੁੱਕੜਾਂ ਦਾ ਸ਼ੌਕ ਰੱਖੇ ਨੇ ਤਾਂ ਨੂੰ ਇਹ ਤਿਤਰਾ ਦਾ ਸ਼ੌਕ ਕਿਨੇ ਲੱਗਾ ਮਿਆਂਵਾਲ ਦੇ ਤਿਤੋੜੀ ਹੈ ਮੁਰਗੇ ਵੀ ਹੈ ਲੇਕਿਨ ਪੂਰਾ ਪਾਕਿਸਤਾਨ ਨੂੰ ਫਿਰਦੇ ਆਂ ਅਜਿ ਤੋ ਢੂੰਡਣ ਵਾਸਤੇ ਤੋੜ ਸਿੰਧ ਤੇ ਗਏ ਆਂ ਰਾਣੀਪੁਰ ਗਏ ਆਂ ਲੱਖ ਗਏ ਆਂ ਹੋਰ ਬਣ ਲੱਖਾਂ ਹੀ ਗਏ ਆਂ ਤਿਤੋ ਸਾਂ ਪਛਾਣ ਕਰਕੇ ਘਿਨਿਆ ਇਹ ਤੋ ਜੇ ਸ਼ਹਿਰ ਪੰਜਾਬ ਦੇ ਇਹ ਤਕਰੀਬਨ ਸਨ 14 ਦੇ ਚ 14 ਜਾਂ 13 ਦੇ ਚਾ ਆਪ ਖਰੀਦੇ 4,70,000 ਰੁਪਏ ਦਾ ਇਥੇ ਜੇ ਗੁਰਬੱਲੀ ਅਸਮਤੁੱਲਾ ਖਾਨ ਦਾ ਨਾ ਹੈ ਉਹਨਾਂ ਕੋਲ ਰੰਗ ਬੁਲਗਾਈ ਅੱਛਾ ਅੱਛਾ ਇਸ ਸ਼ੇਰ ਪੰਜਾਬ ਦੀ ਕਿਹੜੀ ਐਸੀ ਖਾਸ ਗੱਲ ਹੈ ਜਿਸ ਦੀ ਵਜ੍ਹਾ ਤੋਂ ਤੁਹਾਨੂੰ ਇਤਨਾ ਮਾਂਗਾ ਤੁਸੀਂ ਗਿੱਧਾ ਹੈ ਪੂਰੇ ਪਾਕਿਸਤਾਨੇ ਬਗਿ ਮੁਕਾਬਲੇ ਥੀਨ ਤਕਰੀਬਨ ਜੇਲੂ ਆਮੋਦਪੁਰ ਫਿਆਲ ਜਿੱਥੇ ਸਿੰਧੇ ਜਿੱਥੇ ਗਏਆ ਸਿੰਧੇ ਗਏਆ ਜਾਂ ਜਿਹੜੇ ਪਸ਼ੋਰ ਗਏਆ ਪਿੰਡੀ ਗਏਆ ਕਲਰ ਫੈਦਾ ਗਏਆ ਇਸ ਬੇ ਮੈਂ ਇੱਕ ਸਮਝੋ ਕਿ ਮੁਕਾਬਲੇ ਕਿਚਨ ते हर इस तू ज्यादा स्पीड वाले आइडी पैदा नहीं इस त्रै सौ उन्ताली त्रै सौ छताली त्रै सौ तेरह लाख त्रै सौ उन्नीस लाख त्रै सौ सतारा लाख हर इलाके मारे तो तो कितने मुकाबले जितने अच्छा। इस मारे कोशाब जोहराबाद त्रै सौ उन्नी बारे त्रै सौ सतारा ला मियाली मारे ਤਰੇ ਸੁਨਤਾ ਜੀ ਦਾ ਹੁਣ ਇਹ ਰੰਗ ਭੁਲੇ ਮਾਰੇ 346 ਦਾ ਅੱਛਾ 313 ਲੱਖ ਕਲੂਰ ਕੋਡ ਮਾਰੇ 302 ਲੱਖ ਜੈਲ ਮਾਰੇ ਅੱਛਾ ਆਮ ਉਸ ਪ੍ਰਸਿਆਲ ਤਕਰੀਬਨ 94 95 294 95 ਉਹਨਾਂ ਦੀ ਕੋਈ ਤਾਦਾਦ ਹੀ ਸਾਰੀ ਕੋਈ ਗਾਣ ਮਿਲ ਨਹੀਂ ਕੋਈ ਇਸ ਮੇਰੇ ਜ਼ਹਿਨ ਮੁਤਾਬਕ ਇਸ ਕਿਤਨੇ ਮੋਟਰਸਾਈਕਲ ਦੇ ਚ ਅੱਛਾ ਅੱਛਾ ਚਾਚਾ ਜੇਰ ਲਈ ਤੁਸੀਂ ਸ਼ੇਰ ਪੰਜਾਬ ਤੇ ਤਰ ਗਿੱਦਾ ਹੀ ਉਸ ਲਈ ਕਿਹੜਾ ਸਾਰਾ ਇਹ ਲਈ ਤੁਸੀਂ ਗਿੱਦਾ ਉਸ ਟਾਈਮ ਪੂਰੇ ਤੋਂ ਇੱਕ ਦੋ ਮੁਕਾਬਲੇ ਜਿੱਤੇ ਨੇ ਅੱਛਾ 295 93 ਵਾਲੇ ਸਮਾਰੇ ਦੋ ਚੱਕਰੀਆਂ ਦੇ ਅੱਛਾ ਉਸ ਤੋਂ ਬਾਅਦ ਅਨਾ ਗਿੱਦਾ 4 ਲੱਖ 70 ਹਜ਼ਾਰ ਦਾ ਅੱਛਾ ਤੇ ਹੁਣ ਸਾਡੇ ਕੋਲ ਸੀ ਤਕਰੀਬਨ 8-9 ਸਾਲ ਸੀ ਗਏ ਪੂਰੇ ਪਾਕਿਸਤਾਨ ਦੇ ਜਿੱਤੇ ਅੱਛੀਆਂ ਚੱਕਰੀਆਂ ਨੇ ਜਿੱਤੇ ਚੱਕਰੀ ਮੁਕਾਬਲੇ ਨੇ ਅਸਾਂ ਉੱਤੇ ਗਿਆ ਅੱਛੇ ਤੁਹਾਡੇ ਕੋਲ ਆਉਣ ਤੋਂ ਪਹਿਲੇ ਇਹ ਸ਼ੇਰ ਪੰਜਾਬ ਪਾਕਿਸਤਾਨ ਦੇ ਕਿਹੜੇ ਸ਼ਾਇਰ ਚੋਂਦਾ ਜੀ

ਅੱਛਾ ਚਾਚਾ ਸ਼ੇਰ ਪੰਜਾਬੀ ਕਿਹੜੀ ਨਸਲ ਦਾ ਦਿੱਤਰੇ ਇਹ ਵੱਡਾ ਜਿਹਾ ਚੋਲੇ ਗਾਂਗੂਸ਼ ਸਦੇ ਨੇ ਗਾਂਗੂਸ਼ ਦਿੱਤਰੇ ਅੱਛਾ ਲਗੀ ਦੀ ਖੁਦਾ ਜੀ ਇਤਨੀ ਤਾਕਤ ਪਾਈ ਅੱਛਾ ਜੀ ਭਾਈ ਇਸ ਜਿੰਨੀ ਦੇਰ ਜਿਆਦਾ ਥਿੰਦੀ ਵੇਗੀ ਇਉ ਤਨਾ ਤੇਰ ਥਿੰਦੇ ਵੇਗੀ ਇਹ ਦੱਸੋ ਇਹ ਜਿਹੜਾ ਸ਼ੇਰ ਪੰਜਾਬ ਹੈ ਇਸ ਦੀ ਉਮਰ ਹੁਣ ਕਿਤਨੀ ਥੀ ਗਈ ਜੀ ਉਮਰ ਤਕਰੀਬਨ 10-12 ਸਾਲ ਦੀ ਅੱਛਾ ਤੁਸੀਂ ਜਿਹੜੇ ਲੇਕਦਾ ਤੁਸੀਂ ਜੀ ਕਿਤਨੀ ਉਮਰ ਹੈ ਉਸ ਟਾਈਮ ਨੂੰ ਮੇਰੇ ਖਿਆਲ ਤਰੇ ਸਾਲਾਂ ਦਾ ਜੀ ਅੱਛਾ ਸਾਲੇ ਕੋਲ ਤਕਰੀਬਨ 8 ਸਾਲ ਹੋ ਗਏ ਹਨ अच्छा सर जी औस्ता निना दी उमर कितनी औंदी है कि भाई जी सेहत ਨਾਲ ਗੱਲ ਹੁੰਦੀ ਜੀ ਸਾਰੀ ਸ਼ਾਇਰ ਦੀ ਕੋਈ ਉਮਰ ਜ ਕੋਈ ਗਰੰਟੀ ਕੋ ਨਹੀਂ ਜੀ اچھا ਕੋਈ 14 ਸਾਲ ਤੋਂ ਬਾਅਦ ਮਰ ਵੀ ਜਾਂ ਤੇ ਕੋਈ 20-20 ਸਾਲ ਦੀ ਵਜੇ ਰਹਿੰਦੇ ਤਵਾ ਤੇਤਰ ਇਤਨੇ ਮੁਕਾਬਲੇ ਜਿੱਤ ਚੁਕੇ ਸ਼ੇਰ ਪੰਜਾਬ ਦੇ ਨਾਂ ਤੂੰ ਪਾਕਿਸਤਾਨ ਭਾਰੀ ਮਕਬੂਲੀਅਤ ਰੱਖੇਂਦੇ ਤੇ ਇਸ ਨੂੰ ਖਰੀਦਣ ਵਾਸਤੇ ਵੀ ਕਈ ਲੋਕਾਂ ਕੋਸ਼ਿਸ਼ ਕੀਤੀ ਬੜੇ ਬੜੇ ਬੰਦੇ ਆਏ ਬੜੇ ਬੰਦੇ ਆਏ ਵੇਚਣ ਦੀ ਅਸਾਂ ਜੇ ਬਾਰੇ ਸੋਚੇ ਨਹੀਂ ਤੁਹਾਨੂੰ ਕਿਤਨੇ ਪੈਸਾ ਤੱਕ ਦੀਆਂ ਆਫਰਾਂ ਆਈਆਂ ਹਰ ਬੰਦੇ ਦਾ ਸੱਚ ਵੇਚ ਹੁੰਦਾ ਨਾ ਨਹੀਂ ਸੱਚ ਜਾਂਦੇ ਜਿਹੜੇ ਬੰਦੇ ਆ ਜਾਈ ਬਸਾਂ ਦਿਓ ਅਸਾਂ ਜੇ ਵੇਚਣ ਨਹੀਂ ਅੱਛਾ ਉਸ ਟਾਈਮ ਯਾਨ ਕਸ਼ਮੀਰ ਦੇ ਇਲਾਕੇ ਦੇ ਬੰਦੇ ਜਿਹੜੇ 20 ਲੱਖ ਦੇ ਨਿਆਂ 22 ਲੱਖ ਦੇ ਨਿਆਂ ਲੇਕਿਨ ਅਸਾਂ ਵੇਚਣ ਦੇ ਬਾਰੇ ਸੋਚੇ ਨਹੀਂ ਅੱਛਾ ਇਹਨਾਂ ਦੀ ਟਾਈਮਿੰਗ ਕਿੰਨੇ ਵਧਦੀ ਹੈ ਜ਼ਿਆਦਾ ਹਾਲਾ ਕਿੰਨੇ ਮਰੇ ਨੇ ਇਹਨਾਂ ਦੀ ਤਿਆਰੀ ਤੇ ਵੀ ਕੋਈ ਡਿਪੈਂਡ ਕਰਦਾ ਹੈ ਤਿਆਰੀ ਇਹ ਇਹਨਾਂ ਦੀ ਮਿਹਨਤ ਕਰਨੀ ਪੈਂਦੀ ਸਵੇਰੇ ਗਿਣ ਕੇ ਫਰਾਂਟ ਉਹਨਾਂ ਨੂੰ ਪਾਉਂਦੇ ਵਾਤ ਉਹਨਾਂ ਨੂੰ ਤਾਕਤ ਨਹੀਂ ਸਹੀਆ ਦੇਣੀ ਪੈਂਦੀ ਇਹਨਾਂ ਦੀ ਖਿਦਮਤ ਕਰਨੀ ਇਸ ਜ਼ਬਰਦਸਤ ਚੌਂਕ ਕੋਣੀ ਅਗਰ ਜਿਹੜਾ ਬੰਦਾ ਨਹੀਂ ਜੂਏ

ਅੱਛਾ ਜੀ ਇਹ ਦੱਸੋ ਜਿੰਨੇ ਮੁਰਗੀਆਂ ਦੇ ਅੰਡੇ ਕਢਾ ਕੇ ਤੇ ਅਸੀਲ ਮੁਰਗਾਂ ਦੇ ਬੱਚੇ ਕਢਾਏ ਵੇ ਨੇ ਇਹਨਾਂ ਦਾ ਵੀ ਐਸਾ ਕੁਝ ਹੋਇਆ ਇਹਨਾਂ ਦੇ ਬੱਚਾ ਅਗਰ ਹੋ ਗਿਆ ਨਾ ਕੋਈ ਮਸਲਾ ਤੇ ਇਸ ਜਿਤ ਤੋਂ ਦੇ ਪੂਰਾ ਪਾਕਿਸਤਾਨ ਬੱਚੇ ਕਢਾਵੇ ਆ ਅੱਛਾ ਇਸ ਤੋਂ ਆਲਾ ਜਿਤ ਤੋਂ ਕੋਈ ਨਾ ਇਹਨਾਂ ਬੱਚੇ ਕਢੇ ਨੇ ਘਰਾਂ ਦੇ ਜਿਹਨੇ ਕਢੇ ਹੁਣ ਸਿੰਧ ਦੇ ਇਲਾਕੇ ਲੋਕਾਂ ਦਿੱਤੀਆਂ ਛੋੜੀਆਂ ਹੋਈਆਂ ਨੇ ਅੱਛਾ ਜੰਗਲ ਜੀ ਰੱਖੀ ਹੋਈਆਂ ਤੇ ਰੱਖ ਕੇ ਆਸੂ ਜੰਗਲੇ ਉਹਦੇ ਛੋੜੇ ਕਿਸ ਕੋ ਨੂੰ ਅੱਛੇ ਜਿਤਰਾ ਦੇ ਨਾ ਉਹ ਬੱਚੇ ਕਢਵਾਣੇ ਪੈਣ ਲੇਕਿਨ ਸਾਡੇ ਇਲਾਕੇ ਹਾਲ ਇਹਨਾਂ ਇਲਾਕਾ ਦੇ ਮਤਲਬ ਕਿ ਸ਼ਹਿਰ ਪੰਜਾਬ ਜਾਂ ਤਿੱਤਰ ਮਿਲਣਾ ਕਿਸਮਤ ਦੀ ਗੱਲ ਹੈ ਤੁਸੀਂ ਕੀ ਸਮਝਦੇ ਹੋ ਕਿ ਨ ਤਿੱਤਰ ਦੇ ਵਿੱਚ ਸਾਰਾਂ ਤੋਂ ਜ਼ਿਆਦਾ ਬਿਮਾਰੀ ਕਿਹ ਰਹੀ ਆਨੀਏ ਬਿਮਾਰੀ ਸੇ ਜੀ ਜ਼ਿਆਦਾਤਰ ਨਜ਼ਲਾ ਜ਼ੁਕਾਮ ਹੈ ਅੱਛਾ ਜੀ ਜੀ ਹਾਂ ਉਹ ਇਹਨਾਂ ਨੂੰ ਜ਼ਿਆਦਾ ਹੋ ਕਰੇਂਦੀ ਹੈ ਮਤਲਬ ਰੇਸ਼ਾ ਥੀਨੈ ਉਸ ਤੋਂ ਬਿਮਾਰ ਥੀਨੈ ਹੋਰ ਇਹਨਾਂ ਤੇ ਮੁਰਗੀਆਂ ਦੀ ਬਿਮਾਰੀ ਘਾਟੀ ਅਸਰ ਕਰੇਂਦੀ ਹੈ ਤੁਸੀਂ ਕੀ ਸਮਝਦੇ ਹੋ ਨਜ਼ਲਾ ਜ਼ੁਕਾਮ ਇਸ ਨੂੰ ਕਿਉਂ ਲੱਗਦਾ ਕੋਈ ਬੇਇਤਿਆਤੀ ਕੀਤੀ ਵੈਂਦੀ ਹੈ ਜਾਂ ਬੇਇਤਿਆਤੀ ਕੀਤੀ ਨਹੀਂ ਦੀ ਮੌਸਮ ਦੇ ਹਿਸਾਬ ਨਾਲ ਨਹੀਂ ਰੱਖਾ ਵੈਂਦਾ ਅੱਛਾ ਜੇ ਮੌਸਮ ਹੋਣ ਜਾਈਦਾ ਉਸ ਦੇ ਮੁਤਾਬਿਕ ਖੁਰਾਕ ਦੇਓ

ਅੱਛਾ ਉਹ ਤਾਂ ਪਾਣੀ ਕੱਢ ਕੇ ਦੇਣੇ ਆ ਉਸ ਤੋਂ ਜਿਹੜਾ ਤੇ ਇਹਨਾਂ ਦੇ ਤਕਰੀਬਨ ਬਹੁਤ ਅੱਛਾ ਅਸਰ ਕੀਤਾ ਇਸ ਤੇ ਜੀ ਨਾਜ਼ਰੀਨ ਤੁਸੀਂ ਦੇ ਦੇ ਪਿਆਓ ਇਹ ਤਿੱਤਰ ਕਾਫੀ ਦੇਰ ਦਾ ਫਿਰਦਾ ਖਲੋਤਾ ਹੈ ਇਹਨੇ ਲੱਗਦਾ ਇਹ ਗੁੱਸੇ ਚ ਜਾਂ ਪਿੰਜਰੇ ਚੋਂ ਨਿਕਲਣਾ ਚਾਹੁੰਦਾ ਉਸ ਤਾਂ ਜੀ ਇਜ਼ੀ ਕੇ ਵਜ੍ਹਾ ਹੈ ਕਿਉਂ ਇਤਨੀਆਂ ਫੇਰੀਆਂ ਗਿੰਦਾ ਕਰ ਇਸ ਟਾਈਮ ਇਸ ਟਾਈਮ ਇਹ ਹੈ ਮੈਂ ਸਾਲ ਤੇ ਗਿਆ ਸੁਣ ਨਾ ਮੈਂ ਨਹੀਂ ਦੇਖਾ ਸਾਲ ਤੋਂ ਬਾਅਦ ਅੱਜ ਇਸ ਮੇਰਾ ਆਵਾਜ਼ ਹੋਣਾ ਹੈ ਤੇ ਇੱਕ ਅੰਨਾ ਹੈ ਤੇ ਜੋ ਬਣਾ ਗਿਆ ਹੈ ਮੇਰਾ ਮਾਲਕ ਆ ਗਿਆ ਮੇਰਾ ਸਾਈ ਆ ਗਿਆ ਕਿਉਂਕਿ ਮੈਂ ਇਸ ਨੂੰ 7-8 ਸਾਲ ਤੇ ਗਿਆ खिदमु की है, सवेरे शाम एक टाइम नहीं कैसे है बजे टाइम मैं किसी बच्चे जो क्या घर आई बीजू खुराक लो अच्छा। मैं तकरीबन सात साल थी मैं आपने हाँ ना अपने हाथ सवेरे खुराक दी है ही खुराक दी है ये देख के मेन बिल्कुल जवान है मैंने देख के पागुल बिलकुल मस्तियाँ कहते हैं इस तू तो इला भी तुरे को छे तुर तो पट है बड़े उसे इनाम जीते नंबर ते तोरे उहो असां गिदाए हिकु लख छियासी हज़ार रुपए था राणीपुर चूं जहिड़ा पट आहे उहो ई सिंध आहे उहो ई राणीपुर संगीया उन सां गिदाए असांजे को बि इहे तराए ईअं आम ते तौर ते छोटे मोटे त ॿुरनि लेकिन जहिड़े सभु तूं आल तोरे शेरे पंजाब जूनियर शेरे पंजाब ਤੁਸੀਂ ਦੱਸੋ ਜਿਨੇ ਹੋਰ ਮੁਕਾਬਲਾਂ ਦੇ ਵਿੱਚ ਹੈਰਾ ਫੇਰੀਆਂ ਥੀਨੀਆਂ ਕੀ ਅਿਤਤਰਾਂ ਦੇ ਮੁਕਾਬਲਾਂ 'ਚ ਹੈਰ ਫੇਰ ਥੀਂਦੀ ਹੈ ਹੈਰ ਫੇਰੀ ਥੀਂਦੀ ਹੈ ਜੀ ਬਹਰਤ ਜਿਹੜੀ ਇੰਤਜ਼ਾਮੀ ਹੁੰਦੀ ਹੈ ਨਾ ਜੀ ਜੀ ਉਹ ਬੜੀ ਕਵਰ ਕਰੇਂਦੀ ਹੈ ਮਤਲਬ ਹਰ 5 ਮਿੰਟ ਬਾਅਦ ਜਿਹੜਾ ਨਾ ਚੈੱਕ ਕੀਤਾ ਵੇਂਦੇ ਅੱਛਾ ਅਗੋ ਜਿਹੜਾ ਤਿੱਤਰ ਅੱਛਾ ਨਾ ਹੋਵੇ ਤੋ ਆਹ ਦਾ ਪੇ ਅਗੇ ਤੋ ਉਸਤੇ ਵਾਤੋ

ਨਮਾ ਤਿੱਤਰ ਕੋ ਨਿਕਲ ਲੈਣਾ ਵਿੱਚ ਆਵਾਜ਼ ਆ ਰਹੀ ਜਿਹੜਾ ਇੱਕ ਰਾਉਂਡ ਹੀ ਭਈ 21 22 24 25 ਕਰ ਗਏ ਠੀਕ ਹੈ ਤੋਂ ਦੂਰ ਹੋਣਾਂ ਬਾਅਦ ਚੈੱਕ ਕਰ ਸੰਭਈ ਕੋਣ ਅਗਰ ਸਾਈ ਲਿਖਿਆ ਤਾਂ ਪੇਪਰ ਗਿੰਨ ਦੋ ਅੱਛਾ ਟੂਰਨਾਮੈਂਟ ਕਮੇਟੀ ਆਪਨੇ ਬੰਦਾ ਬੁਲਾ ਰਹੇ ਮਤਲਬ ਇਹ ਉਸੇ ਜੇਰ ਫੇਰੀ ਬਹੁਤ ਘਟ ਚਾਹ ਅਸੋ ਇਹ ਦੱਸੋ ਕਿ ਜੇਲੇ ਇਤਨਾ ਜੋ ਟਾਈਮ ਹੁੰਦੇ ਮੁਕਾਬਲੇ ਦਾ 8 ਵਜੇ ਤੋਂ ਘਨ ਕੇ 5 ਵਜੇ ਤੱਕ ਤਾਂ ਇਸ ਦੌਰਾਨ ਤਿੱਤਰ ਨੂੰ ਪਾਣੀ ਜਾਂ ਖੁਰਾਕ ਦਾਣਾ ਇਹ ਸਹੀ ਨੌਲੇ ਨੇ ਜੇਲੇ ਤਿੱਤਰ ਦਾ ਫਾਂਚਾ ਮੁਕਾਬਲਾ ਸ਼ੁਰੂ ਸੀ ਸੀ ਵਕ ਉਸ ਤੇ ਟੂਰਨਾਲ ਕੋਈ ਬੰਦਾ ਹਰ ਕੋਈ ਨਹੀਂ ਕੱਢਦਾ ना कोई पानी घासद न कोई शिग को मार जाए ना सिटी मार दें अस मैं ए तो एक दफा कलर कलर जान, मैं खाली जा हूँ उठी आं तुर मस्ती की मिला के भाई तू मैं क्यों बाई सारे बंदे वजन उठी खुड़न तो उन्होंने कोई तराद को मैं अगर कोई मुंह इशारा कीता है या मैं कोशिश थी है बोला या कोई मैं हर को भुर्मदारा जे मैं सारे उथी वेंदा आहिनि त मैं उठी हूंदी पाबंदी कोन्हे हुणी चाहे बसि हुन में इस ॻाल्हि ते अगरि वाकियो चेरे कमाल जेतिरो थियनि पाण सौ जेतिरो पछाणे के अछ थी के उॿर ताल्हि ते असां चवनि काप ॾियणा चाहींदा आहियूं सते घन खे माफ़ी मंगींदा आहियूं असां भई ग़लती की थी मादर कंदा आहियूं इमरान भाई ਤੁਸਾਂ ਸਾਡੇ ਨਵੇਂ ਸ਼ੌਕੀਨਾ ਵਾਸਤੇ ਕੀ ਪੈਗਾਮ ਦੇਸੋ ਅਸਾਂ ਨਵੇਂ ਸ਼ੌਕੀਨਾ ਇਹ ਆਖਾਂ ਭਾਈ ਕਿ ਜਿਹੜਾ ਸ਼ੌਕ ਇਹ ਇਹ ਸਬਰ ਵਾਲਾ ਸ਼ੌਕ ਹੈ ਇਹਦੇ ਵਿੱਚ ਜਿਹੜਾ ਨਾ ਜਲਬਾਜ਼ੀ ਥੀਂਦੀ ਹੈ ਤੇ ਨਾ ਕੋੜ ਇਹ ਆਪਣੇ ਆਪ ਦੀ ਮੈਂ ਮਾਰਨ ਕਰਨ ਇਹਨੂੰ ਰਖੇਸੋ ਤਾਂ ਆਪਣੀ ਮੈਂ ਮਾਰ ਕੇ ਰਖੇਸੋ ਆਪਣੀ ਤਾਂ ਤਰਾ ਸ਼ੌਕ ਥੀਂਦੇ ਤੁਸਾਂ ਆਖੋ ਨਹੀ ਗੁੱਸਾ ਕਰੇ ਸੋ ਗੁੱਸੇ ਦੇ ਵਿੱਚ ਇਹ ਸ਼ੌਕ ਨਹੀਂ ਥੀਂਦਾ ਅਸਾਂ ਸ਼ੁਰੂ ਸ਼ੁਰੂ ਕਰੀਂਦੇ ਤੇ ਗੁੱਸਾ ਤਾਂ ਸਾਰੇ ਕੋਲ ਤਿਤੋਂ ਨੰਨ ਬੋਲਦੇ ਪੱਤ ਜਿਉ ਜਿਉ ਅਸਾਂ ਟਾਈਮ ਲੰਘਦਾ ਗਿਆ ਲੰਘਦਾ ਗਿਆ ਹੁਣ ਅਸਾਂ ਇਤਨੀ ਬਰਦਾਸ਼ਤ ਕਰ ਗਈ ਦੀ ਕਿ ਸਾਨੂੰ ਇਹ ਹੀ ਕਰੇ ਵਦਨਾ ਅੱਛਾ ਅਸਾਂ ਆਪਣੇ ਆਪ ਨੂੰ ਠੱਡਾ ਰੱਖੇ ਨੇ ਮਤਲਬ ਕਿ ਇਹ ਸਬਰ ਵਾਲੇ ਬੰਦਾਂ ਦਾ ਸ਼ੌਕ ਜੀ ਹਾਂ ਜੀ ਸਬਰ ਵਾਲਾ ਸਬਰ ਵਾਲਾ ਦਾ ਤੇ ਆਪਣੀ ਜਾਈ ਮੈਂ ਕੌਣ ਹੋਸੀ ਉਹ ਜੇ ਮੈਂ ਅਲਾ ਬੰਦਾ ਹੈ ਨਾ ਉਹ ਇਹ ਸ਼ੌਕ ਨਹੀਂ ਕਰ ਸਕਦਾ ਜੀ ਨਾਜ਼ੀਰ ਕਿਆ ਹੀ ਖੂਬਸੂਰਤ ਪੈਗਾਮ ਹੈ ਇਹ ਨੰਦਾ ਕਿ ਸ਼ੌਕ ਅਗਰ ਤੂੰ ਸਰੇ ਖੇਂਦਿਆ ਹੋ ਤਾਂ ਆਪਣੇ ਆਪ ਨੂੰ ਠੱਡਾ ਰੱਖ ਕੇ ਰੱਖੋ ਜ਼ਿੱਦ ਨਹੀਂ ਮਾਰ ਗੈਣੀ ਕਿ ਸਾਡਾ ਤਿੱਤਰ ਨਹੀਂ ਬੋਲਦਾ ਪਿਆ ਤੋ ਉਸਨੂੰ ਬੁਲਾਮਣੇ ਬੁਲਾਮਣੇ ਸਬਰ ਕਰੇ ਸੋ ਤੋ ਤਵਾਰੇ ਲਲ ਪਿਆਰ ਕਰਨ ਲੱਗ ਪਈ ਸੀ ਤੋ ਬੋਲਣਾ ਵੀ ਸ਼ੁਰੂ ਕਰ ਰਹੀ ਸੀ ਯਕੀਨਨ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਸੀ ਇਨਸ਼ਾਅੱਲਾ ਨੈਕਸਟ ਵੀਡੀਓ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਸਾਂ ਤਬ ਤੱਕ ਅੱਲਾ ਹਾਫਿਜ਼